ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਈ ਜਾਵੇਗੀ। AI ਪੜ੍ਹਾਉਣ ਲਈ CBSE ਨੇ ਪੂਰਾ ਪਲਾਨ ਇੱਥੇ ਤਿਆਰ ਕੀਤਾ ਹੈ। 9ਵੀਂ ਤੇ 10ਵੀਂ ਦੇ ਵਿਦਿਆਰਥੀ AI ਪੜ੍ਹਨਗੇ। CBSE ਨੇ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਵਿੱਚ ਸਹਾਇਤਾ ਮਿਲੇਗੀ। CBSE ਨੇ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਨਲਾਈਨ ਆਰਟੀਫਿਸ਼ੀਅਲ ਇੰਟੈਲੀਜੈਂਸ ਸਬਕ ਸਿਖਾਉਣ ਦਾ ਫੈਸਲਾ ਇੱਥੇ ਕੀਤਾ ਹੈ। CBSE 8 ਤੋਂ ਲੈ ਕੇ 23 ਅਪ੍ਰੈਲ ਤੱਕ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਖਲਾਈ ਪ੍ਰਦਾਨ ਕਰੇਗਾ। CBSE ਪਾਟਲੀਪੁੱਤਰ ਸਹੋਦਿਆ ਦੇ ਇੱਥੇ ਸੀਨੀਅਰ ਅਧਿਕਾਰੀ AK ਨਾਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਹਰ ਰੋਜ਼ ਸ਼ਾਮ 4 ਤੋਂ 6 ਵਜੇ ਤੱਕ ਸਿਖਲਾਈ ਦਿੱਤੀ ਜਾਵੇਗੀ। ਇਸ ਲਈ CBSE ਨੇ 120 ਤੋਂ 150 ਵਿਦਿਆਰਥੀਆਂ ਦਾ ਬੈਚ ਤਿਆਰ ਕੀਤਾ। CBSE ਵੱਲੋਂ ਦਿੱਤੀ ਗਈ ਸਿਖਲਾਈ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਵਿਦਿਆਰਥੀਆਂ ਨੂੰ ਉਹਨਾਂ ਦੀ ਅਗਲੇਰੀ ਪੜ੍ਹਾਈ ਵਿੱਚ ਕਾਫੀ ਮਦਦ ਮਿਲੇਗੀ। ਉਹਨਾਂ ਕਿਹਾ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ CBSE AI ਦੇ ਅਧਿਐਨ 'ਤੇ ਜ਼ੋਰ ਦੇ ਰਿਹਾ ਅਤੇ ਇਸ ਦੇ ਨਾਲ ਹੀ ਕੇਂਦਰੀ ਵਿਦਿਆਰਥੀਆਂ ਦੇ ਪ੍ਰਿੰਸੀਪਲ PK ਸਿੰਘ ਦਾ ਕਹਿਣਾ ਹੈ CBSE ਵਿਦਿਆਰਥੀਆਂ ਨੂੰ ਅਪਗ੍ਰੇਡ ਕਰਨ ਲਈ ਸਮੇਂ-ਸਮੇਂ 'ਤੇ ਪ੍ਰੋਗਰਾਮ ਆਯੋਜਿਤ ਕਰ ਰਿਹਾ ਅਤੇ ਇਸੇ ਤਹਿਤ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਅਤੇ ਇਹ ਕਹਿਣਾ ਹੈ AI ਦੀ ਮੰਗ ਦਿਨੋ ਦਿਨ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੱਲ ਬਹੁਤ ਤੇਜ਼ੀ ਨਾਲ ਆਕਰਸ਼ਿਤ ਹੋ ਰਹੇ ਨੇ। CBSE ਦੇ ਨਿਰਦੇਸ਼ਾਂ 'ਤੇ ਕਈ ਸਕੂਲਾਂ ਨੇ AI ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਹੈ।